ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਕਿਦਾ ਸਾਬ ਵੈਰੀ ਗੁੱਡ ਮਾਰਨਿੰਗ ਸਸਿਕਾਲ ਜੀ ਗੁੱਡ ਮਾਰਨਿੰਗ ਜੀ ਚਾਵਲਾ ਸਾਹਿਬ ਧੰਨਵਾਦ ਸ਼ੁਕਰੀਆ ਨਾਲ ਜੋੜਨ ਲਈ ਤੁਹਾਡੇ ਵਾਲੀ ਗੁੱਡ ਮਾਰਨਿੰਗ ਹੈ ਜੀ ਕੀ ਹਾਲ ਚਾਲ ਠੀਕ ਹੋ ਬੜਾ ਵਧੀਆ ਚਾਵਲਾ ਸਾਹਿਬ ਬਾਹਰ ਮਿੱਠੀ ਮਿੱਠੀ ਜੀ ਬਾਰਿਸ਼ ਪੈ ਰਹੀ ਹੈ ਆਹਾ ਹਾ ਤੇ ਠੀਕ ਹੈ ਹਲਕਾ ਹਲਕੀ ਕੰਮਣ ਕਾਣੀ ਜੀ ਹੋ ਰਹੀ ਆ ਤੇ ਕਿਸਾਨਾਂ ਦੇ ਕੜਕੂ ਲੱਗਿਆ ਹੋਇਆ ਜਿਹੜੀ ਕਣਕ ਦੀ ਇਹਨਾਂ ਦੀ ਖੇਤਾਂ 'ਚ ਕਣ ਖੜੀ ਹੈ ਜੀ ਇਹ ਮਹੀਨਾ ਕਿਹੜਾ ਚੱਲ ਰਿਹਾ ਦੇਸੀ ਭਾਦੋਂ ਇੱਕ ਮਹੀਨਾ ਤਾਂ ਹੁਣ ਦੇਸੀ ਨਹੀਂ ਇਹ ਵਿਸਾਖ ਸੋਣ ਭਾਦੋਂ ਵਿਸਾਖ ਹੀ ਹੈ ਵਿਸਾਖ ਚੱਲ ਰਾਂ ਦੀ ਵਿਸਾਖ ਹੈ ਵਿਸਾਖ ਆ? ਸੋਣ ਤਾਂ ਕਾਹਨੂੰ ਆ ਜੀ? ਅੱਛਾ ਅੱਛਾ ਵਿਸਾਖ ਹਨਾ ਜੀ ਵਿਸਾਖ ਹੀ ਆ ਕਿ ਵਿਸਾਖ ਕੀ ਦਾ ਚੱਲ ਰਿਹਾ ਮੈਂ ਕਿਹਾ ਨਿੱਕੀ ਨਿੱਕੀ ਕਣੀ ਤਾਂ ਫੇ ਮੈਨੂੰ ਗੀਤ ਯਾਦ ਆ ਗਿਆ ਸੀ ਉਹ ਨਹੀਂ ਉਹ ਗੀਤ ਆ ਕਿਸਾਨ ਭਰਾਵਾਂ ਦੀ ਪ੍ਰੋਬਲਮ ਆ ਨਾ ਬਣੇ ਦੀ ਜਿਹਨੇ ਕਣਕ ਦੇ ਖੇਤਾਂ 'ਚ ਖੜੀ ਆ ਨਾ ਜੀ ਹੂੰ ਹੂੰ ਮੰਡੀਆਂ ਵਿੱਚ ਕਣਕ ਪਈ ਆ ਜੀ ਕੁਝ ਕਣਕ ਬੋਲੀ ਲੱਗੀ ਆ ਕੁਝ ਬੋਲੀ ਤੇ ਲੱਗੀ ਹਾਂ ਤੇ ਕਈ ਥਾਵਾਂ ਤੇ ਕਣਕ ਭਿੱਜੀ ਹੋਈ ਨਜ਼ਰ ਆ ਰਹੀ ਆ ਕਈ ਥਾਵਾਂ ਤੇ ਮੁਕਸਰ ਦੇ ਇਲਾਕੇ ਵਿੱਚ ਗੜੇ-ਗੜੇ ਵੀ ਮਾਰੀ ਵੀ ਕੀ ਕੋਈ ਆ ਕੱਲ ਨੁਕਸਾਨ ਤਾਂ ਹੁੰਦਾ ਕਿਸਾਨ ਭਰਾਵਾਂ ਦਾ ਜੀ ਕੁਦਰਤ ਦੇ ਕਰੋਪੀ ਦੇ ਪਰਦਾ ਕੋਈ ਤਾਂ ਨੇ ਮਾਰ ਕੇ ਧਰਨੇ ਮਾਰ ਕੇ ਠੀਕ ਕਰ ਸਕਦੇ ਆ ਜੀ ਗੀਤ ਤਾਂ ਵੈਸੇ ਗੀਤਾਂ ਦੇ ਵਿੱਚ ਤਾਂ ਮਹੀਨਿਆਂ ਦਾ ਜਿਗਰ ਹੁੰਦਾ ਸੀ ਅਸੇ ਪਾਸੇ ਟੀਰੀਆਂ ਕਾਵਾਂ ਤੂ ਤੇ ਆਂਗਾਵਾ ਮੱਜਾਂ ਦਾ ਸ਼ਿਗਰ ਹੁੰਦਾ ਸੀ ਅਸਮਾਨ ਦਾ ਜਿਗਰ ਹੁੰਦਾ ਸੀ ਪਸ਼ੂ ਪੰਛੀਆਂ ਦਾ ਜਿਗਰ ਹੁੰਦਾ ਸੀ ਕਲੀਰੀਆਂ ਦਾ ਹਾਂਜੀ ਉਹਦਾ ਹੋ ਗਿਆ ਜੇ ਤੁਸੀਂ ਕਹਿ ਲੋ ਕਿ ਡੱਡੀ ਚੁਮਕੀ ਦਾ ਹੋ ਗਿਆ ਪ੍ਰਾਂਦੇ ਦਾ ਹੋ ਗਿਆ ਹਾਂਜੀ ਨਾਲਿਆਂ ਦਾ ਹੋ ਗਿਆ ਚੱਲਿਆ ਸ਼ਹਿਰ ਪਟਿਆਲੇ ਲੈ ਕੇ ਆਈ ਨਾਲੇ ਹੈ ਪਰ ਅੱਜ ਕੱਲ ਤਾਂ ਨਾਲੇ ਸ਼ਹਿਰ ਦੇ ਨਾਲੇ ਪਟਿਆਲੇ ਸ਼ਹਿਰ ਦੇ ਨਾਲੇ ਬੜੇ ਮਸ਼ਹੂਰ ਆ ਜਾਵਲਾ ਸਾਹਿਬ ਹਾਂ ਇੱਥੇ ਨਾਲੇ ਪਰੰਦੇ ਆ ਟੂਮਾ ਦੇ ਬਹੁਤ ਸਾਰੇ ਡਿਜ਼ਾਈਨ ਬਿਲਕੁਲ ਕਿਉਂਕਿ ਕਿਉਂਕਿ ਇੱਥੇ ਨਾ ਅਸਲ ਚ ਜਿਹੜੇ ਮਹਿਲਾਂ ਦੇ ਵਿੱਚ ਨਾ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਨਾ ਰਾਣੀਆਂ ਬਹੁਤ ਸੀਗੀਆਂ ਹੂੰ ਉੱਥੇ ਨਾ ਉੱਥੇ ਹੀ ਬੁਲਾ ਲੈਂਦੇ ਬੁਲਾ ਲੈਂਦੇ ਸੀ ਰਾਜੇ ਰਾਣੀਆਂ ਦੇ ਮਹਿਲਾਂ ਦੇ ਵਿੱਚ ਹੀ ਪਰੰਦੇ ਨਾਲੇ ਬਣਾਉਣ ਵਾਲੀਆਂ ਨੂੰ ਹਾਂਜੀ 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 ਅੰਦਰੀ ਅੰਦਰੀ ਬੁਲਾ ਲੈਂਦੇ ਸੀਗੇ ਟੂਮਾ ਘੜਨ ਵਾਲਿਆਂ ਨੂੰ ਸਨਾਰਿਆਂ ਨੂੰ ਉੱਥੇ ਅੰਦਰੀ ਸਾਰਾ ਕੰਮ ਚੱਲਦਾ ਸੀ ਉਹਨਾਂ ਦਾ ਬਿਲਕੁਲ ਬਿਲਕੁਲ ਤੇ ਤਕਰੀਬਨ ਨਗਾਤਾਰੀ ਚੱਲਦਾ ਹੁੰਦਾ ਸੀਗਾ ਕੋਈ ਰਾਣੀਆਂ ਜਾਦਾ ਸੀਗੀਆਂ ਹਾਂ ਹਾਂ ਤੇ ਇਸ ਕਰਕੇ ਉਹਨਾਂ ਦਾ ਲਗਾਤਾਰ ਇਸ ਕਰਕੇ ਪਟਿਆਲਾ ਮਸ਼ਹੂਰ ਹੈ ਇੱਕ ਸੁਰਮਾ ਪਟਿਆਲੇ ਦਾ ਬੜਾ ਮਸ਼ਹੂਰ ਹੈ ਜੀ ਅੱਛਾ 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 ਸੁਰਮਾ ਬੜਾ ਰਤੀਆਂ ਪੰਜ ਸੁਰਮਾ ਪੰਜ ਰਤੀਆਂ ਪਾ ਕੇ ਮੋੜ ਦੇ ਖੜ ਗਏ ਉਹ ਪਟਿਆਲੇ ਦੀ ਰਤੀਆਂ ਵਾਲਾ ਸੁਰਮਾ ਜੀ ਅੱਛਾ 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 ਉਹ ਬੜਾ ਮਸ਼ਹੂਰ ਹੋਇਆ ਇਹ ਉਹ ਜੀ ਬੁੜਾ ਹੈਗਾ ਉਹ ਬੁੜਾ ਅੱਜ ਵੀ ਉਹ ਨਾ ਕਹਿੰਦੇ ਕਿਹੜੇ ਪਰਬਤ ਦਾ ਕਿਹੜੇ ਪਰਬਤ ਦਾ ਸੁਰਮਾ ਕਹਿੰਦਾ ਹੁੰਦਾ ਉਹ ਮੈਂ ਕਿਹਾ ਇੱਕ ਸੋਰੀ ਵੀ ਕੀਤੀ ਉਹਦੀ ਮੈਂ ਕੋ ਤੂੰ ਕਿਹੜਾ ਪਰਬਤ ਦਾ ਸੁਰਮਾ ਕਹਿੰਦਾ ਹੁੰਦਾ ਉਹ ਆ ਯਾਦ ਆ ਰਿਹਾ ਸ਼ਾਇ ਪਰਬਤ ਸੁਨਾਰ ਪਰਬਤ ਕੋਈ ਐਸਾ ਪਰਬਤ ਹੈ ਉਹ ਉਹ ਸਰਮਾਏਗਾ ਪੜੇ ਪਏ ਯਾਦ ਹੋਵੇ ਕਿਸੇ ਨੂੰ ਵੀ ਦੱਸਿਓ ਪਟਾੜੇ ਦੇ ਆਸ-ਪਾਸ ਜਿਹੜੇ ਸਾਨੂੰ ਸੁਣ ਰਹੇ ਨੇ ਸਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਜ਼ਰੂਰ ਹੋਵੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਨਾਬ ਗੋਲਦੀ ਕੰਬੋਜ ਦੇ ਪਿਤਾ ਸਰਦਾਰ ਸਰਿੰਦਰ ਸਿੰਘ ਕੰਬੋਜ ਗ੍ਰਿਫਤਾਰ ਹੋਏ ਨੇ ਤੇ ਗ੍ਰਿਫਤਾਰ ਤੋਂ ਬਾਅਦ ਗੋਲਦੀ ਕਹਿੰਦਾ ਕਿ ਮੈਂ ਤਾਂ ਆਪਣੇ ਬਾਪੂ ਨਾਲ ਰਹਿੰਦਾ ਹੀ ਨਹੀਂ ਪਈ ਇਹ ਜਾਣੇ ਦਾ ਕੰਮ ਜਾਣੇ ਪਰ ਵੇਖ ਲਓ ਹਾਂ ਵਿਧਾਇਕ ਦੇ ਪਿਓ ਦੀ ਕਿੰਨੀ ਚਲਦੀ ਆ ਪਹਿਲਾਂ ਰਹਿੰਦਾ ਨਹੀਂ ਸੀ ਉਦੋਂ ਸ਼ਾਇਦ ਕੋ ਨੂੰ ਪੁੱਛਦਾ ਹੋ ਨਾ ਹੋਵੇ ਤਾਂ ਹੁਣ ਕੰਮ ਕਰਾਉਣ ਲਈ ਬਾਪੂ ਦਾ ਹੱਥ ਮਿਲਦੇ ਨੇ ਹਾਏ 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 ਕੀ ਬਾਤ 10 ਲੱਖ ਦਾ ਮਾਮਲਾ ਚਾਵਲਾ ਸਾਹਿਬ 10 ਲੱਖ ਰੁਪਈਆ ਕਿਸੇ ਔਰਤ ਦੇ ਨਾਲ ਕੋਈ ਮਾਮਲਾ ਸੀਗਾ ਕੋਈ ਬਲਾਦਬੂਤ ਕਰਦਾ ਸੀਗਾ ਮਾਮਲਾ ਉਸ ਅੰਦਰ ਵਿੱਚ ਬਚਾਉਣ ਦੀ ਗੱਲ ਸੀ ਕੋਈ ਚੱਲ ਰਹੀ ਸੀਗੀ ਤੇ 10 ਲੱਖ ਰੁਪਈਆ ਦੀ ਡਿਮਾਂਡ ਹੋਈ ਸੀਗੀ ਸੁਖਵੀਰ ਬਾਦਲ ਨੂੰ ਹਰਾਉਣ ਵਾਲਾ ਬਤਾਇਆ ਇੱਕ ਆਚਾਰਣਾ ਸਵੇ 골ਡਿਕ ਕੰਬੋਜ ਜਦਲਾਬਾਦ ਤੋਂ ਹੂੰ ਹੂੰ ਜਿਹਨੇ ਸੁਖਵੀਰ ਬਾਦਲ ਨੂੰ ਹਰਾਇਆ ਸੀ ਨਾ ਜੀ ਉਹ ਬੰਦਾ ਇਹ ਤੇ ਕਾਫੀ ਚਰਚਿਤ ਹੋਇਆ ਸੀਗਾ ਸੁਖਵੀਰ ਬਾਦਲ ਨੂੰ ਹਰਾ ਕੇ ਜੀ ਇਹ ਤੇ ਸਰندر ਸਿੰਘ ਕੰਬੋਜ ਜਿਹੜੇ ਇਹਦੇ ਪਿਤਾ ਹੈਗੇ ਆ ਨਾ ਜੀ ਉਹ ਉਹ ਵੀ ਕਾਫੀ ਅੱਛਾ ਇਲਾਕੇ ਵਿੱਚ ਮੰਨਿਆ ਨਾਂ ਹੈਗਾ ਜੀ ਉਹ ਉਹਦਾ ਨਾਂ ਚੰਗਾ ਹੈਗਾ ਤੇ ਅ ਅੱਛੇ ਲੋਕਾਂ ਵਿੱਚ ਦੀ ਗਿਣਤੀ ਹੁੰਦੀ ਆ ਪਰ ਪਤਾ ਨਹੀਂ ਕਿਹੜੇ ਲੈਜੇ ਵਿੱਚ ਉਹ ਬੰਦਾ ਉਲਝ ਗਿਆ ਹੂੰ ਹੂੰ ਫਸ ਗਿਆ ਤੇ ਫਸ ਗਿਆ ਹੁਣ 10 ਲੱਖ ਦਾ ਮਾਮਲਾ ਬੜਾ ਵੱਡਾ ਹੈਗਾ ਜੀ ਜਿਹੜੀ ਐਸਐਸਪੀ ਨੇ ਇਹਨੂੰ ਅਰੈਸਟ ਕੀਤਾ ਨਾ ਜੀ ਉਸ ਐਸਐਸਪੀ ਨੇ ਕਿਹਾ ਕਿ ਮੈਂ ਅਸੀਂ ਫੋਨ ਕੀਤਾ ਸੀਗਾ ਐਮਐਲਏ ਸਾਹਿਬ ਨੂੰ ਕਿ ਐਮਐਲਏ ਸਾਹਿਬ ਐ ਕਰਕੇ ਤੁਹਾਡੇ ਪਿਤਾ ਜੀ ਦਾ ਇਦਾਂ ਨਾਂ ਆ ਰਿਹਾ ਵਿੱਚ ਤੇ ਉਹ ਕਹਿੰਦਾ ਵੀ ਹਾਂ ਜਿਸ ਬੰਦੇ ਦਾ ਨਾ ਜੀ ਉਹ ਜਿਸ ਬੰਦੇ ਨੇ ਸ਼ਿਕਾਇਤ ਕੀਤੀ ਉਹ ਮੇਰੇ ਕੋਲ ਆਇਆ ਸੀ ਐਮਐਲਏ ਸਾਹਿਬ ਕਹਿੰਦੇ ਮੈਂ ਉਹਨੂੰ ਆਪਣੇ ਆਪ ਹੀ ਕਿਹਾ ਕਿ ਤੁਸੀਂ ਜਾ ਕੇ ਸ਼ਿਕਾਇਤ ਦਰਜ ਕਰਾਓ ਜੇ ਤੁਹਾਨੂੰ ਕੋਈ ਇਸਦੀ ਪ੍ਰੋਬਲਮ ਹੈਗੀ ਹੈ ਪੁਲਿਸ ਆਪੇ ਕਾਰਵਾਈ ਕਰੇਗੀ ਤਾਂ ਵਿਧਾਇਕ ਵੀ ਕਹਿੰਦਾ ਜੀ ਮੈਂ ਤਾਂ ਆਪ ਕਿਹਾ ਜਾ ਕੇ ਮੇਰੇ ਕੋਲ ਆਏ ਸੀਗੇ ਬੰਦੇ ਵੀ ਤਾਂ 10 ਲੱਖ ਮੰਗ ਰਹੇ ਨੇ ਜੀ ਉਹ ਤਾਂ ਮੈਂ ਕਿਹਾ ਵੀ ਤੁਸੀਂ ਜਾ ਕੇ ਦਰਖਾਸਤ ਕਰਾਓ ਜੀ ਦਰਜ ਜੇਕਰ ਮੇਰੇ ਪਿਤਾ ਪੈਸੇ ਮੰਗਦੇ ਆ ਮੇਰਾ ਤਾਂ ਉਹਨਾਂ ਨਾਲ ਕੋਈ ਸੰਬੰਧ ਮੈਂ ਤਾਂ ਹੈ ਹੀ ਨਹੀਂ ਉਹਦੇ ਨਾਲ ਤੇ ਐਦਾਂ ਵਕਤ ਪੈਂਣ ਤੇ ਕਹਿੰਦੇ ਲੰਘ ਨਹੀਂ ਦਿਆ ਸਾਰੇ ਤੇ ਪਰ ਇਹ ਗੱਲ ਬੜੀ ਵੱਡੀ ਆ ਨਾ ਚਾਵਲਾ ਸਾਹਿਬ ਕੇ ਭਾਵੇਂ ਆਤਮਾਨ ਵੀ ਨੇ ਵੀ ਬਿਆਨ ਦਿੱਤਾ ਕਿ ਭਾਵੇਂ ਕਿੱਡਾ ਮਰਜੀ ਵੱਡਾ ਬੰਦਾ ਹੋਵੇ ਭਾਵੇਂ ਸਾਡਾ ਮੰਤਰੀ ਹੋਵੇ ਭਾਵੇਂ ਸੰਤਰੀ ਹੋਵੇ ਤੇ ਬਖਸ਼ਿਆ ਨਹੀਂ ਜਾਏਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਉਹ ਅੰਦਰਲਾਜਮੀ ਹੋਏਗਾ ਤੇ ਵੱਡਾ ਮਾਮਲਾ ਹੈ ਚਾਵਲਾ ਸਾਹਿਬ ਐਸੀ ਕਿਸੇ ਵੀ ਵਿਧਾਇਕ ਨੂੰ ਪਹਿਲਾਂ ਵੀ ਬਠਿੰਡਾ ਦਿਹਾਤੀ ਦਾ ਅਮਰ ਰਤਨ ਜਿਹੜਾ ਵਿਧਾਇਕ ਹੈਗਾ ਉਹਦੇ ਖਿਲਾਫ ਚਲਾਨ ਪੇਸ਼ ਹੋ ਚੁੱਕਿਆ ਆਮ ਆਦਮੀ ਪਾਰਟੀ ਦਾ ਉਹ ਵੀ ਜੀ ਸੀਐਮ ਭਗਵੰਤ ਮਾਨ ਦਾ ਵੀ ਬਿਆਨ ਹੈ ਕਿ ਜੋ ਵੀ ਕ腐ਸ਼ਨ ਕਰੇਗਾ ਉਸਤੇ ਐਕਸ਼ਨ ਹੋਵੇਗਾ ਬਿਲਕੁਲ ਚਾਵਲਾ ਸਾਹਿਬ ਉਹ ਕਹਿੰਦਾ ਨਾ ਅਸਲ 'ਚ ਉਹ ਨਾਲੇ ਕਹਿੰਦਾ ਵੀ ਜਿਹੜਾ ਵੀ ਪਹਿਲਾਂ ਵੀ ਕਿਸੇ ਨੇ ਕ腐ਸ਼ਨ ਕੀਤੀ ਸੀ ਬਖਸ਼ਿਆ ਨਹੀਂ ਕੋਈ ਵੀ ਅੱਗੇ ਵੀ ਜੇ ਕੋਈ ਕ੍ਰਾਪਸ਼ਨ ਕਰੇਗਾ ਅਸੀਂ ਬਖਸ਼ ਦੇਣੀ ਭਾਵੇਂ ਬਾਪੂ ਹੋਵੇ ਤਾਂ ਪੁੱਤ ਹੋਵੇ ਹਾਂ ਤਾਂ ਮંત્રી ਹੋਵੇ ਭਾਵੇਂ ਮੰਤਰੀ ਹੋਵੇ ਅਸੀਂ ਕਿਸੇ ਨੂੰ ਬਖਸ਼ ਦੇਣੀ ਜਿਹੜਾ ਕਹਿੰਦਾ ਉਹਨੇ ਇੱਕ ਸਲੋਗ ਹੀ ਬੋਲਿਆ ਕਬੀਰਾਂ ਤੇਰੀ ਝੌਂਪੜੀ ਗਲ ਕੱਟਣਿਆਂ ਕੇ ਬਾਦ ਜੋ ਕਰਾਂਗੇ ਸੋ ਪਰਾਂਗੇ ਤੂੰ ਕਿਉਂ ਬਯੋ ਉਦਾਸ ਉਦਾਸ ਇਹ ਵੀ ਨਾਲ ਬੋਲਿਆ ਭਗਤ ਮਾਨ ਨੇ ਕਹਿੰਦਾ ਵੀ ਜਿਹੜੇ ਕਰਨਗੇ ਫਿਰ ਭਰਨਗੇ ਜੀ ਸਾਨੂੰ ਕੀ ਇਹ ਗੱਲ ਹੈਗੀ ਜਿਹੜਾ ਮਰਜ਼ੀ ਕਰੇ ਉਹ ਤਾਂ ਭਰੇ ਗਈ ਜੀ ਵੈਸੇ ਇੱਕ ਗੱਲ ਦੱਸਾਂ ਜਾਵਦਾ ਸਭ ਪੰਜਾਬ ਦੇ ਵਿੱਚ ਨਾ ਜੀ ਜਿਹੜੇ ਐਮ.ਐਲ.ਏ. ਹੈਗੇ ਆ ਨਾ ਜਿਹੜੇ ਐਮ.ਐਲ.ਏ. ਪੰਜਾਬ ਦੇ ਵਿੱਚ ਆਮ ਤੌਰ ਤੇ ਵਿਚਰੇ ਹੈਗੇ ਆ ਉਹ ਡਰ ਡਰ ਕੇ ਜੀਉ ਰਹੇ ਆ ਪੰਜਾਬ ਦੇ ਵਿੱਚ ਆਮ ਤੌਰ ਤੇ ਕਈ ਸਾਰੇ ਅਮੇਦਨਾਂ ਗੱਲ ਹੁੰਦੀ ਆ ਉੱਪਰੋਂ ਤਾਂ ਕਹਿੰਦੇ ਉਹ ਨਹੀਂ ਨਹੀਂ ਖੁਸ਼ ਆ ਖੁਸ਼ ਆ ਜੀ ਪਰ ਅੰਦਰੋਂ ਤਰਕੂ ਲੱਗੇ ਰਹਿੰਦਾ ਹਰ ਟਾਈਮ ਯਾਰ ਮੇਰੇ ਇੱਕ ਬਹੁਤ ਹੀ ਪਤਾ ਨਹੀਂ ਸਾਡੇ ਕਮਿਊਨਿਟੀ ਦੇ ਵਿੱਚ ਬੈਲਨੌਨ ਸ਼ਖਸ਼ੀਅਤ ਨੇ ਅਸੀਂ 26 ਸਾਲ ਤੋਂ ਮੈਂ ਰੇਡੀਓ ਤੋਂ ਜਦੋਂ ਤੋਂ ਆਇਆ ਉਦੋਂ ਤੋਂ ਉਹਨਾਂ ਦਾ ਨਾ ਜਾਣਦਾ ਉਹ ਸਾਲ ਦਾ ਕਿ ਕੋਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਕੋਈ ਨਾਂ ਉਹਨਾਂ ਦਾ ਸੁਣਿਆ ਹੋਵੇ ਵੱਖ-ਵੱਖ ਰੇਡੀਓ ਟੈਲੀਵਿਜ਼ਨ ਅਖਬਾਰਾਂ ਦੇ ਵਿੱਚ ਵੀ ਪ੍ਰਬੰਧਕੀ ਟਾਂਚਿਆਂ ਦੇ ਵਿੱਚ ਵੀ ਕਾਫੀ ਵੱਡਾ ਨਾਮ ਹੈ ਕਾਫੀ ਸ਼ਖਸੀਅਤ ਚੰਗੀ ਹੈ ਕਮਿਊਨਿਟੀ ਦੇ ਵਿੱਚ ਉਹ ਰੀਸੈਂਟਲੀ ਇੰਡੀਆ ਤੋਂ ਆਏ ਨੇ ਇੰਡੀਆ ਅੰਜੂ ਵੀ ਅੰਜੂ ਜੀ ਵੀ ਗਏ ਸਨ ਆਪਣੇ ਮਾਮ ਦਾ ਪਤਾ ਲੈਣ ਤੇ ਉਹ ਸੇਮ ਹੀ ਫਲਾਈਟ ਦੇ ਵਿੱਚ ਅਗੜਪਿਸ਼ਟ ਸਨ ਕਿਤੇ ਉਹਨਾਂ ਦਾ ਆ ਕੇ ਮੈਨੂੰ ਫੋਨ ਆਇਆ ਕਿ ਮੈਂ ਆ ਗਿਆ ਗੱਲਾਂ ਬਾਤਾਂ ਦੱਸੀਆਂ ਉਹਨਾਂ ਨੇ ਆ ਕਰਾਪਸ਼ਨ ਬਾਰੇ ਕਹਿੰਦੇ ਵੀ ਬਸ ਥੋੜੀ ਜਿਹੀ ਮਹਿੰਗੀ ਹੋਈ ਹੈ ਅੱਛਾ ਹੈ ਜਰੂਰ ਹੁਣ ਮੈਂ ਨਾਮ ਜੇ ਮੌਕਾ ਪਿਆ ਤੇ ਜਰੂਰ ਜ਼ਿਕਰ ਕਰਾਂਗਾ ਕੋਈ ਕਿਸੇ ਨੇ ਪੁੱਛਣਾ ਚਾਹਿਆ ਕਿ ਕਿ ਵੱਖੀ ਚ ਲੱਗਣੀਆਂ ਕਈਆਂ ਦੇ ਵੀ ਸਾਡੀ ਪਾਰਟੀ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਪਰ ਉਹ ਸ਼ਖੀਅਤ ਮੈਨੂੰ ਇੰਨਾ ਕਮਾਨ ਆ ਕਿ ਗੁਰੂ ਦੇ ਪਿਆਰੇ ਨਹੀਂ ਤੇ ਜੇ ਲੋੜ ਪਈ ਤੈਰ ਤੇ ਵੀ ਆ ਜਾਣਗੇ ਜੇ ਕਿਸੇ ਨੂੰ ਤਕਲੀਫ ਹੋਈ ਪਈ ਮੈਂ ਲਫ਼ਜ਼ ਕਿਉਂ ਵਰਤਿਆ ਉਵੇਂ ਹੀ ਜਿਵੇਂ ਸਾਡੇ ਇੱਥੇ ਡੋਡਿਆਂ ਤੇ ਬੜਾ ਮਤਲਬ ਸਕੰਜਾ ਕੱਸਿਆ ਗਿਆ ਸੀ ਤੇ ਫਿਰ ਉਹ ਮਹਿੰਗੀ ਹੋ ਗਏ ਮਿਲਦੇ ਅਜੇ ਵੀ ਨਹੀਂ ਬੜੀ ਲਾਲਾ ਲਾਲਾ ਹੋਈ ਕਿੱਥੇ ਉਹ ਤਾਂ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਉਹਨਾਂ ਨੇ ਪੀ ਪੀ ਕੇ ਵੇਚਣਾ ਸ਼ੁਰੂ ਕਰਤੇ ਵੱਡੇ ਵੱਡੇ ਕਾਰਖਾਨੇ ਲੱਗ ਗਏ ਫੇ ਫਿਹਰੀਆਂ ਸਬਜ਼ੀਆਂ ਆ ਗਈਆਂ ਹਰੀਆਂ ਸਬਜ਼ੀਆਂ ਆ ਗਈਆਂ ਕਮਾਲ ਹੈ ਕਮਾਲ ਸਾਡੇ ਨਾਲ ਦੂਸਰੀ ਕਮਿਊਨਿਟੀ ਵਾਲੇ ਗੋਰੇ ਲੋਕ ਨੇ ਉਹ ਪੋਪੀ ਫਲਾਵਰ ਆਪਣੇ ਸਿਵਿਆਂ ਦੇ ਵਿੱਚ ਆਪਣੇ ਪਿਆਰਿਆਂ ਦੀ ਯਾਦ ਦੇ ਵਿੱਚ ਰੱਖਦੇ ਨੇ ਇਹਦੀ ਬੜੀ ਵੱਡੀ ਸਟੋਰੀ ਹੈ ਪੋਪੀ ਫਲਾਵਰ ਦੀ ਹਨਾ ਹੂੰ ਹੂੰ ਤੇ ਸਾਡੇ ਪਤੰਦਰਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਉਹ ਆ ਸਿਵਿਆਂ ਜੋ ਚੁੱਕ ਚੁੱਕ ਕੇ ਘੋੜ ਘੋੜ ਕੇ ਪੀਣੇ ਸ਼ੁਰੂ ਕਰ ਦਿੱਤੇ ਅਰੀਜੋ ਨਾਲ ਫਿਰ ਆਉਣੇ ਸ਼ੁਰੂ ਹੋ ਗਏ ਇੱਥੇ ਫਿਰ ਵੱਡੇ ਵੱਡੇ ਗ੍ਰੈਂਡਰ ਲੱਗ ਗਏ ਉਹ ਗ੍ਰੈਂਡਰ ਜਦੋਂ ਪਤਾ ਲੱਗਾ ਵੀ ਇਹ ਤੇ ਜੜਾ ਜਬੈਣ ਵਾਲੀ ਚੀਜ਼ ਆ ਫਿਰ ਚਲੋ ਸਕੰਜਾ ਕੱਸਿਆ ਇੱਕ ਮੁੱਦਾ ਬਣਿਆ ਮੁੱਦਿਆਂ ਦੇ ਉੱਤੇ ਚਲੋ ਲਾਲਾ ਲਾਲਾ ਵੀ ਹੋਈ ਵਿੱਕੀ ਢਿਲੋਂ ਸਾਡੇ ਪਹਿਲੇ ਬਠਿੰਡੇ ਦੇ ਸਿਟੀ ਕਾਉਂਸਲਰ ਜਿਨ੍ਹਾਂ ਨੂੰ ਇੱਥੇ ਇੰਟੀਰੀਅਰ ਦੇ ਵਿੱਚ ਉਸ ਵਕਤ ਤੇਦੀ ਥ੍ਰੈਟ ਸੀ ਮੇਰੇ ਸਾਹਮਣੇ ਮੇਰੇ ਸਟੂਡੀਓ ਦੇ ਵਿੱਚ ਆਏ ਸੀ ਮੈਂ ਕਿਹਾ ਚੋਣ ਕਮਿਸ਼ਨ ਚੋਣਾਂ ਦੇ ਬਾਰੇ ਤਾਂ ਸੌਰੀ ਚੋਣ ਕਮਿਸ਼ਨ ਮੂੰਹੋਂ ਨਿਕਲ ਗਿਆ ਚੋਣਾਂ ਮੇਲੇ ਤੇ ਲੋਕਾਂ ਦੇ ਭਾਰ ਘਟ ਜਾਂਦੇ ਆ ਤੁਹਾਡਾ ਵਿੱਕੀ ਜੀ ਭਾਰਵਾਦਿਆ ਕਹਿੰਦਾ ਬੁਲ ਨੋ ਨੋ ਇੰਨਾ ਖਤਰਾ ਹੋ ਗਿਆ ਸੀ ਮਤਲਬ ਸਿਟੀ ਕਾਉਂਸਲਰ ਦੀ ਚੋਣ ਵਾਸਤੇ ਮਤਲਬ ਵੀ ਉਹਨਾਂ ਨੂੰ ਖਤਰਾ ਹੈ ਪੁਲਿਸ ਨੂੰ ਇਹ ਸੀਗਾ ਕਿ ਖਤਰਾ ਹੈ ਵੀ ਤੈਨੂੰ ਵੀ ਤੂੰ ਇਹ ਜਿਹੜੀ ਜਦੋਜਾਦ ਸ਼ੁਰੂ ਕਰਕੇ ਬੈਠਾ ਤੇ ਸਾਰਿਆਂ ਨੇ ਹਰਾ ਦਿੱਤਾ ਸਭ ਕੁ ਲਿਆਣ ਦੀ ਗੱਲ ਆ ਮੈਂ ਤਾਂ ਸਭ ਕੁ ਲਿਆ ਨਹੀਂ ਵੀ ਅਸੀਂ ਨਸ਼ਿਆਂ ਦੇ ਖਿਲਾਫ ਬੋਲਦੇ ਆ ਸਾਡੀਆਂ ਐਡਾਂ ਵੀ ਬੰਦ ਹੋ ਗਈਆਂ ਸਾਨੂੰ ਧਮਕੀਆਂ ਵੀ ਆਈਆਂ ਅਸੀਂ ਫੇਰ ਵੀ ਨਹੀਂ ਟਲੇ ਉਹ ਵਿੱਕੀ ਵਿਚਾਰਾ ਆਪਣੀ ਜੌਬ ਹੀ ਗਵਾਉਂਦਾ ਜਾਂਦਾ ਲੱਗਿਆ ਚੰਗਾ ਕਰਦਾ ਕਰਦਾ ਨਸ਼ਿਆਂ ਤੋਂ ਲੋਕਾਂ ਨੂੰ ਬਚਾਉਂਦਾ ਬਚਾਉਂਦਾ ਨਸ਼ੇ ਤੇ ਫੇਰ ਵੀ ਮਹਿੰਗੇ ਵਿਲਦੇ ਨੇ ਰੋਡਾ ਕਿਹੜਾ ਬੰਦ ਹੋ ਗਿਆ ਉਹਨਾਂ ਤੇ ਰੋਡਾ ਚੱਲਦਾ ਉਹ ਇਥੇ ਮਹਿੰਗਾ ਵਿਗਦਾ ਸੋ ਇਸੇ ਤਰ੍ਹਾਂ ਰਿਸ਼ਵਤ ਉੱਥੇ ਸਾਡੇ ਮਹਾਨਾ ਨਾ ਲਵਾ ਮੇਰੇ ਮੂੰਹ ਚੋਂ ਨਾ ਨਾ ਨਿਕਲ ਜਾਵੇ ਉਹਨਾਂ ਨੇ ਹੋਰ ਵੀ ਗੱਲਾਂ ਦਸੀਆਂ ਨੇ ਕਹਿੰਦੇ ਵੀ ਕੋਈ ਨਹੀਂ ਅੰਨੀ ਪੀਵੇ ਕੁੱਤੀ ਚਟੇ ਵਾਲੀ ਗੱਲ ਆ ਜਿਹਦਾ ਜਿਹਦੇ ਹੱਥ ਡਾਂਗ ਉਹਦਾ ਕੰਮ ਚੱਲਦਾ ਜਿਵੇਂ ਪਹਿਲਾਂ ਚੱਲਦਾ ਸੀ ਉਵੇਂ ਹੀ ਚੱਲਦਾ ਅਕਾਲੀਆਂ ਦੇ ਜਾਦੇ ਕੰਮ ਹੁੰਦੇ ਨੇ ਇਹ ਉਹਨਾਂ ਦੇ ਲਫ਼ਜ਼ ਨੇ ਸ਼ਾਇਦ ਹੁੰਦੀ ਹੈ ਜਾਂ ਨਹੀਂ ਹੁੰਦੀ ਮੈਨੂੰ ਨਹੀਂ ਪਤਾ ਕਿਉਂਕਿ ਅਜੇ ਪਾਚ ਨਹੀਂ ਰਿਹਾ ਆ ਆदमी ਪਾਟਾ ਪਾਰਟੀ ਵਾਲਾ ਜਿਹੜਾ ਆਂ ਬੋਨਾਂ ਨੂੰ ਕਿ ਇਹ ਕਿਵੇਂ ਬਣ ਗਿਆ ਸੀ ਹਾਂਜੀ ਖੈਰ ਉਹ ਕੰਮ ਕਰਨ ਦੇ ਵਿੱਚ ਲੱਗੇ ਹੋਏ ਨੇ ਬਾਣੀ ਦੇ ਬਹੁਤ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਸਥਾਨ ਦੇ ਸਾਹਮਣੇ ਸ੍ਰੀ ਤਰਨਤਾਰ ਸਾਹਿਬ ਦਰਬਾਰ ਸਾਹਿਬ ਜਿਹੜਾ ਹੈ ਉੱਥੋਂ ਇੱਕ ਬੰਬ ਮਿਲਦੀ ਖਬਰ ਆਈ ਹੈ ਕੀ ਕਰਨਾ ਚਾਹੀਏ ਹਾਂ ਚਾਵਲਾ ਸਰ ਇਹ ਬੜਾ ਵਿਸਤਾ ਉੱਥੇ ਹੜਕੰਪ ਮਚ ਗਿਆ ਉੱਥੇ ਚਪਟਾਈ ਖੁਦਾਈ ਕਰਨ ਲੱਗਦੇ ਸੀ ਮੁਰਲੇ ਪਾਸੇ ਸਰਾਂ ਦੇ ਮੁਰਲੇ ਪਾਸੇ ਅਚਾਨਕ ਉਹ ਨਿਕਲਿਆ ਬੰਬ ਤੇ ਕਾਫੀ ਉੱਥੇ ਰੌਲਾ ਪੈ ਗਿਆ ਤੇ ਪੁਲਿਸ ਪਾਲਸੀ ਮੌਕੇ ਤੇ ਆ ਗਈ ਤੇ ਪੁਲਿਸ ਲੈ ਜਾ ਕੇ ਉਹਨੂੰ ਬੰਬ ਨੂੰ ਜਿਹੜੇ ਕਿ ਬੰਦੇ ਡਿਫਿਊਜ਼ ਕਰਦੇ ਆ ਬੰਬ ਨੂੰ ਉਹਨਾਂ ਦੇ ਜਿਹੜੀ ਸਰਕਾਰੀ ਏਜੰਸੀਆਂ ਉਹਨਾਂ ਦੇ ਹਵਾਲੇ ਵੀ ਕੀਤਾ ਤੇ ਪੜਤਾਲ ਕੀਤੀ ਜਾ ਰਹੀ ਹੈ ਵੀ ਬੰਬ ਅਸਲੀ ਵਿੱਚ ਇੱਥੇ ਆ ਕਿਵੇਂ ਗਿਆ ਕਿੱਥੋਂ ਆਇਆ ਇਹ ਬੰਬ ਤੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਫਿਰ ਇਹ ਵੀ ਗੱਲ ਸਾਹਮਣੇ ਪੁਲਿਸ ਹੀ ਕਹਿ ਰਹੀ ਆ ਥੋੜੇ ਸ਼ੰਕਾਵਾਂ ਦੇ ਵਿੱਚ ਕਹਿੰਦੇ ਜੀ ਅੱਤਵਾਦ ਦੇ ਵੇਲੇ ਦਾ ਬੰਬ ਪਿਆ ਇੱਥੇ ਹੈਂਡ ਗ੍ਰੇਨੇਡ ਆ ਇਹ ਤੇ ਅੱਤਵਾਦ ਦੇ ਨੇੜੇ ਦਾ ਬੰਬ ਹੈਗਾ ਤੇ ਇਹ دبਿਆ ਰਿਹਾ دبਿਆ ਪਿਆ ਰਿਹਾ ਪਰ ਦੇਖੋ ਕਮਾਲ ਦੀ ਗੱਲ ਆ ਚਾਵਲਾ ਸਾਹਿਬ ਕੇ ਬੰਬ ਹੋਵੇਗਾ ਤੇ ਅੱਤਵਾਦ ਦੇ ਇੰਨੇ ਸਾਲਾਂ ਬਾਅਦ ਬੰਬ ਨਿਕਲਿਆ ਤੇ ਉਹ ਵੀ ਸਾਫ਼ ਸੂਰਤ ਨਿਕਲਿਆ ਤੇ ਉਹ ਵੀ ਡਿਫਿਊਜ਼ ਕਰੀ ਨੋਟ ਕਹਿ ਰਹੀ ਆ ਉਹਨੂੰ ਕਮਾਲ ਦੀ ਗੱਲ ਆ ਤੇ ਕਿਹੋ ਕਿਹੋ ਜੀ ਮਰ ਕੇ ਬੰਬ ਜਿਹੜੀ ਮਾਰੀ ਚੀਜ਼ ਕਹਿੰਦੇ ਹੁੰਦੀ ਹੈ ਨਾ ਨੇਕ ਬੜੀ ਇੱਕ ਬੜੀ 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 ਸੋਚਨ ਤੇ ਵਿਚਾਰਨ ਵਾਲੀ ਗੱਲ ਹੈ ਸਾਡੇ ਨਾ ਸਾਡੇ ਕਾਮ ਦੇ ਜਥੇਦਾਰਾਂ ਨੇ ਵੀ ਬੜੀ ਸਹਿਜ ਦੇ ਨਾਲ ਲੈ ਕੇ ਤੈਨੂੰ ਗਾਂ ਸੁੱਟ ਦੇਣੀ ਹੈ ਗੱਲ ਨੂੰ ਬਾਹ ਕਹੋ ਛੱਡੋ ਜੀ ਪਰ ਸੋਚ ਕੀ ਹੈ ਇਹਦੇ ਮਗਰ ਕਿਦੋਂ ਦਾ ਪਿਆ ਇਹਦੀ ਪਰਚੋਲ ਦੀ ਮੰਗ ਕਰਨੀ ਚਾਹੀਦੀ ਹੈ ਇਨਕੁਆਰੀ ਦੀ ਮੰਗ ਕਰਨੀ ਚਾਹੀਦੀ ਹੈ ਕਿਹੜੇ ਸਾਲ 'ਚ ਬਣਿਆ ਔਰ ਜੇ ਵਾਕਿਆ ਹੀ ਜਿੱਥੇ ਖੁਦਾਈ ਹੋ ਰਹੀ ਹੈ ਤੇ ਇਹਨਾਂ ਡੂੰਗਾ ਪੁੱਟ ਕੇ ਉਹਨਾਂ ਨੇ ਉਸ ਵਕਤ ਦੇ ਜਿਹੜੇ ਜੋ ਵੀ ਕਹ ਲੋ ਖੜਕੂਆਦ ਦੇ ਵੇਲੇ ਜਾਂ ਅਤੰਕਵਾਦ ਦੇ ਵੇਲੇ ਉਹਨਾਂ ਨੇ ਇਹਨਾਂ ਡੂੰਗਾ ਟੋਆ ਪੁੱਟ ਕੇ ਰੱਖਿਆ ਇੱਕੋ ਹੀ ਰੱਖਿਆ ਇੱਕ ਮਮ ਨਿਕਲਿਆ ਇਹਦੇ ਇੱਕ ਮਮ ਔਰ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਰਾ ਸਰਾ ਦੇ ਵਾਲੇ ਪਾਸਿਓਂ ਹਾਂਜੀ ਹੂੰ ਹੂੰ ਮੇਰੇ ਕੋਲ ਗੁਰੂ ਅਰਜਨ ਦੇਵ ਨਵਾਸ ਹੈਗਾ ਉਹਦੇ ਸਾਹਮਣੇ ਕਿਤੇ ਹਾਂਜੀ ਪਰ ਜੇ ਇੱਕ ਵਾਰ ਕਿਦੋਂ ਦਾ ਬਣਿਆ ਕਿਹੜੇ ਵੇਲੇ ਦਾ ਬਣਿਆ ਉਥੇ ਕੀ ਕਰਦਾ ਸੀ ਇਹਨੂੰ ਡਿਫਿਊਜ਼ ਕਰਨਾ ਪੈ ਰਿਹਾ ਇਹਦੀ ਜਰੂਰ ਇਨਕੁਆਇਰੀ ਦੀ ਮੰਗ ਜਹੇਦਾਰ ਸਾਹਿਬ ਨੂੰ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦੀ ਹੈ ਕਰਨੀ ਇਹਦੀ ਤੈਅ ਤੱਕ ਜਾਣਾ ਚਾਹੀਦਾ ਕਿਉਂਕਿ ਇਹ ਛੋਟੀ ਜੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਜੇ ਉਹ ਫਟ ਜਾਂਦਾ ਤੇ ਉਹਦਾ ਨੁਕਸਾਨ ਕਿੰਨੇ ਲੋਕਾਂ ਨੂੰ ਹੋਣਾ ਸੀਗਾ ਔਰ ਬਹੁਤ ਅੱਛਾ ਅਗਲੀ ਗੱਲ ਜਿਹੜੀ ਹੈ ਭਾਈ ਅਮਰਤਪਾਲ ਹੁਣਾਂ ਦੀ ਕਿਉਂਕਿ ਇਹ ਤੋਂ ਬਗੈਰ ਹੋਣ ਅੱਜ ਵਧ ਨਹੀਂ ਗੱਲ ਕੋਈ ਕਿ ਕੱਲ ਦੀ ਖਬਰ ਹੈ ਉਹਨਾਂ ਦੀ ਧਰਮ ਪਤਨੀ ਦੇ ਪੱਖ ਵਿੱਚ ਕਾਲਤਕ ਸਾਹਿਬ ਦੇ ਜਹਿਦਾਰ ਨੇ ਕਿਹਾ ਕਿ ਪਤਨੀ ਨੂੰ ਰੋਕਣਾ ਠੀਕ ਨਹੀਂ ਗੁਰਜੀਤ ਔਜਲਾ ਤੇ ਮਜੀਠੀ ਦਾ ਵੀ ਇਸ ਸੰਦਰਭ ਜੀ ਬਿਆਨ ਆਇਆ ਕੀ ਕਹਿਣਾ ਚਾਹੋਗੇ ਚੰਨਾਲ ਸਾਹਿਬ ਅਸਲ ਵਿੱਚ ਨਾ ਆਪਾਂ ਨੂੰ ਪਤਾ ਹੀ ਆ ਕੱਲ ਕਾਫੀ ਖੜਕਾ ਹੋਇਆ ਬੀਬੀ ਦਾ ਜਿਹੜਾ ਕਿ ਭਾਈ ਅੰਮ੍ਰਿਤਪਾਲ ਦੀ ਧਰਮ ਪਤਨੀ ਬੀਬੀ ਸੀਗੀ ਉਹਨੂੰ ਵਾਪਸ ਕਰ ਦਿੱਤਾ ਗਿਆ ਤੁਸੀਂ ਜਲੂਪੁਰ ਖੇੜ ਦੇ ਵਿੱਚ ਲੈ ਜਾਓ ਜੀ ਬਾਕੀ ਤੁਹਾਨੂੰ ਅਸੀਂ ਦਵਾਗੇ ਤੁਹਾਡੇ ਵਕੀਲ ਨੂੰ ਜੋ ਜਾਣਕਾਰੀ ਹੈਗੀ ਹੈ ਕੀ ਕਾਰਨ ਹੈਗੇ ਆ ਜੇਦਰ ਕਾਲਤਾਖ ਸਾਬ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਇਸ ਮੁੱਦੇ ਉੱਤੇ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਇਹ ਜਿਹੜਾ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀ ਹੋਈ ਕਾਰਵਾਈ ਆ ਇਹ ਠੀਕ ਨਹੀਂ ਹੈਗੀ ਤੇ ਪੰਜਾਬ ਦੇ ਮਾਹੌਲ ਨੂੰ ਐਦਾਂ ਦਾ ਟੈਨਸ਼ਨ ਭਰਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਬੀਬੀ ਦੇ ਖਿਲਾਫ ਨਾ ਤਾਂ ਕੋਈ ਕੇਸ ਦਰਜ ਹੈ ਨਾ ਕਿਤੇ ਉਹਨੂੰ ਕੋਈ ਲਾਇਆ ਗਿਆ ਪੁੱਛਗਿੱਛ ਕਰਨੀ ਆ ਤੁਸੀਂ ਨਾ ਤਾਂ ਉਹਦੇ ਘਰੇ ਜਾ ਕੇ ਪੁੱਛਗਿੱਛ ਕਰ ਲਓ ਤੇ ਪੁੱਛਕਿਚ ਕਰਨੀ ਆ ਤੇ ਕੁਝ ਵੀ ਤੁਸੀਂ ਕਰ ਸਕਦੇ ਹੋ ਘਰੇ ਹੀ ਆ ਆਪਣੇ ਕਿਹੜਾ ਬਾਹਰ ਭੱਜੀ ਆ ਉਹ ਤੁਸੀਂ ਪਹਿਲਾਂ ਹੀ ਪੁੱਛਕਿਚ ਕਰ ਚੁੱਕੀ ਆ ਉਹਦੇ ਅਕਾਲ ਤੱਕ ਜੈਦਰ ਕਹਿੰਦੇ ਤੁਸੀਂ ਪਹਿਲਾਂ ਵੀ ਪੁੱਛਕਿਚ ਕਰ ਚੁੱਕੇ ਹੋ ਤੇ ਤੁਸੀਂ ਤੁਹਾਨੂੰ ਉਹਨੂੰ ਰੋਕਣਾ ਨਹੀਂ ਚਾਹੀਦਾ ਸੀਗਾ ਤੁਸੀਂ ਰੋਕੀਆ ਤੇ ਪੰਜਾਬ ਦਾ ਮੋਲ ਖਰਾਬ ਕਰਨ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਟੈਨਸ਼ਨ ਪੈਦਾ ਕਰ ਰਹੇ ਹੋ ਪੰਜਾਬ ਦੇ ਵਿੱਚ ਹੈਗੀ ਇਸ ਤਰ੍ਹਾਂ ਦੀ ਗੱਲ ਜੈਦਰ ਕਾਲਤਕ ਸਾਹਿਬ ਨੇ ਇਸ ਦਾ ਬੁਰਾ ਮਨਾਇਆ ਉਹਨੂੰ ਰੋਕਣਾ ਉਹਦੀ ਘਰ ਵਾਲੀ ਨੂੰ ਕਿ ਰੰਦੀਪ ਕੌਰ ਨੂੰ ਰੋਕਣ ਦਾ ਬੁਰਾ ਮਨਾਇਆ ਗੁਰਜੀਤ ਔਜਲਾ ਵੈਸੇ ਕਾਂਗਰਸੀ ਐਮਪੀ ਹੈਗਾ ਤੇ ਪਰ ਉਹਦੀਆਂ ਗੱਲਾਂ ਅੱਜੇ ਇਨਸਾਨ ਵਰਗੇ ਲੱਗੀਆਂ ਉਹਨੇ ਕਿਹਾ ਕਿ ਅਸੀਂ ਕਾਂਗਰਸੀ ਹੈਗੇ ਆ ਸਾਡੇ ਵਿਚਾਰਧਾਰਾ ਅਮਰਤਪਾਲ ਨਾਲ ਨਹੀਂ ਮਿਲਦੀ ਸਾਡੀ ਭਾਈ ਅਮਰਤਪਾਲ ਨਾਲ ਤੇਰੀ ਵਿਚਾਰਧਾਰਾ ਨਹੀਂ ਮਿਲਦੀ ਪਰ ਅਸੀਂ ਇਸ ਗੱਲ ਤੇ ਕਦੇ ਵੀ ਕਿਸੇ ਧੀਆਂ ਭੈਣਾਂ ਨੂੰ ਤੁਸੀਂ ਪੁਲਿਸ ਜਿਹੜੀ ਉਹ ਜਾ ਰਹੀ ਹੈ ਬਿਨਾਂ ਕਸੂਰ ਤੋਂ ਹੈਗੀ ਆ ਉਹ ਕੋਈ ਉਹਦਾ ਕਸੂਰ ਨਹੀਂ ਕਿਹਦਾ ਇਹ ਹੀ ਕਸੂਰ ਆ ਕਿ ਉਹਨੇ ਵਿਆਹ ਕਰਾਇਆ ਅਮਰਤਪਾਲ ਦੇ ਨਾਲ ਤੇ ਵਿਆਹ ਕਰਾਉਣ ਦਾ ਕੋਈ ਕਸੂਰ ਨਹੀਂ ਹੁੰਦਾ ਉਹਦਾ ਉਹਦਾ ਸਿਟੀਜ਼ਨ ਹੈਗੀ ਆ ਉਹ ਯੂਕੇ ਦੀ ਬਰਮੰਗਮ ਵਿੱਚ ਜਾ ਰਹੀ ਸੀਗੀ ਉਹ ਤੇ ਤੁਸੀਂ ਉਹਨੂੰ ਰੋਕ ਕੇ ਐਦਾਂ ਅਸੀਂ ਕਦੇ ਵੀ ਨਹੀਂ ਚਾਹੁੰਦੇ ਸਾਡੇ ਪੰਜਾਬ ਦਾ ਕਲਚਰ ਨਹੀਂ ਹੈਗਾ ਇਹ ਵੀ ਅਸੀਂ ਤੀਵੀਆਂ ਔਰਤਾਂ ਦੇ ਨਾਲ ਐਦਾਂ ਕਰੀਏ ਇਹ ਗਲਤ ਕੀਤਾ ਪੰਜਾਬ ਸਰਕਾਰ ਨੇ ਇਹਨੂੰ ਨਹੀਂ ਕਰਨਾ ਚਾਹੀਦਾ ਸੀਗਾ ਅਸੀਂ ਇਸ ਗੱਲ ਤੇ ਦੁਖੀ ਹੈਗੇ ਆਂ ਵੀ ਉਹਦੀ ਘਰ ਵਾਲੀ ਨੂੰ ਜਾਣ ਦੇਣਾ ਚਾਹੀਦਾ ਸੀਗਾ ਰੋਕਣਾ ਨਹੀਂ ਚਾਹੀਦਾ ਸੀਗਾ ਜਦੋਂ ਉਹਦੇ ਖਿਲਾਫ ਕੁਝ ਹੈ ਹੀ ਨਹੀਂਗਾ ਜੇ ਕੁਝ ਹੈਗਾ ਤਾਂ ਦੱਸੋ ਕੀ ਕਾਰਨ ਹੈ ਮੁਜੀਠੀਆ ਸਾਹਿਬ ਦਾ ਵੀ ਬਿਆਨ ਇਸ ਤਰ੍ਹਾਂ ਹੀ ਆਇਆ ਉਹਨੇ ਪੰਜਾਬ ਸਰਕਾਰ ਨੂੰ ਘੇਰਿਆ ਹੈਗਾ ਦੇਖੋ ਗੱਲ ਇਦਾਂ ਆ ਗੱਲ ਇਦਾਂ ਆ ਗੱਲ ਇਦਾਂ ਆ ਕਿ ਅਸੀਂ ਮਾਮਲੇ ਨੂੰ ਇਹਨਾਂ ਨੇਤਾਵਾਂ ਦੇ ਮਗਰ ਲਾ ਕੇ ਰਲਗੱਡ ਕਰ ਰਹੇ ਆ ਕਿਸੇ ਵੀ ਦੇਸ਼ ਦੀ ਪੁਲਿਸ ਜਿਹੜੀ ਹੈ ਉਹਦਾ ਆਪਣਾ ਕੰਮ ਹੁੰਦਾ ਹੈ ਪੁਲਿਸ ਦਾ ਕੰਮ ਸੀਗਾ ਉਸ ਨੂੰ ਜਦੋਂ ਘਰੋਂ ਨਿਕਲੀ ਸੀ ਉੱਥੇ ਹੀ ਰੋਕਣਾ ਜੇ ਉਹ ਚੱਲੀ ਸੀ ਕਿਤੇ ਪੁਛਣ ਪੁਛਗਿਸ਼ ਕਰਨਾ ਜਦੋਂ ਉਹ 에어ਪੋਰਟ ਦੇ ਵੀ ਤੁਸੀਂ ਐਂਟਰ ਹੋ ਜਾਂਦੇ ਹੋ ਤੇ 에어ਪੋਰਟ ਦੇਤੇ ਪੰਜਾਬ ਪੁਲਿਸ ਦਾ ਕੋਈ ਲੈਣਾ ਦੇਣਾ ਨਹੀਂ ਚਾਹੇ ਤੁਹਾਨੂੰ ਪਤਾ ਹੋ ਉਹ ਬਾਰਡਰ ਸਕਿਉਰਿਟੀ ਜਿਹੜੀ ਹੈ ਸੈਂਟਰ ਦੀ ਉਹਦੇ ਅੰਡਰ ਆ ਜਾਂਦੀ ਤੇ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਵੀ ਤਕਰੀਬਨ ਜਿਹੜਾ ਹੈ ਸੈਂਟਰਲ ਗਵਰਨਮੈਂਟ ਦਾ ਮਹਿਕਮਾ ਹੁੰਦਾ ਹੂੰ ਇਹ ਠੀਕ ਹੈ ਕਿ ਭਾਈ ਅਮਰਤਪਾਲ ਉਹਨਾਂ ਦੇ ਨਾਲ ਰਿਲੇਟਡ ਜਿਹੜੀ ਹੈ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਧਰਮ ਪਤਨੀ ਦਾ ਨਾਮ ਸਿਸਟਮ ਦੇ ਵਿੱਚ ਹੋਊਗਾ ਹਾਂਜੀ ਜਾਂ ਰਾਹ ਦੇ ਵਿੱਚ ਕਿਸੇ ਨੇ ਸੂਚਨਾ ਦਿੱਤੀ ਹੋਗੀ ਕਿ ਇਹ ਚੱਲੇ ਨੇ 에어ਪੋਰਟ ਤੇ ਪਹੁੰਚ ਗਏ ਨੇ ਹਾਂ ਜਾਂ ਪਰ ਇਹ ਪੰਜਾਬ ਸਰਕਾਰ ਨੂੰ ਇੰਨਾ ਕ੍ਰਿਟਿਕਾਈਜ਼ ਕਰਨਾ ਵੀ ਕਿਸੇ ਹੱਦ ਤੱਕ ਸਹੀ ਨਹੀਂ ਭਾਵੇਂ ਕਿ ਭਗਵੰਤ ਮਾਨ ਦਾ ਹੀ ਪੱਖ ਨਹੀਂ ਪੂਰੇ ਪਰ ਰਲ ਗੱਡ ਹੋ ਜਾਂਦਾ ਮਾਮਲਾ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਕੀ ਵਾਕੇ ਹੀ 100% ਇਹ ਪੰਜਾਬ ਸਰਕਾਰ ਦਾ ਹੱਥ ਹੈ ਕਿ ਜਾਂ ਵਾਕੇ ਹੀ ਸੈਂਟਰ ਗਵਰਨਮੈਂਟ ਦੇ ਹੱਥ ਹੁੰਦਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਕਿ ਉਹਨਾਂ ਨੇ ਰੋਕਿਆ ਵਿਰੋਧੀਆਂ ਨੇ ਤੇ ਭਗਵੰਤ ਮਾਨ ਤੇ ਹੁਣ ਠੀਕਰਾ ਪਨਣਾ ਹੀ ਪਨਣਾ ਵੀ ਆ ਗਿਆ ਕਾਬੂ ਜਿਵੇਂ ਸਾਡੇ ਉਹ ਸਰਸਾ ਸਾਹਿਬ ਦੇ ਮਤਲਬ ਆ ਗਿਆ ਸੀ ਇੱਕ ਵਾਰੀ ਤੁਹਾਨੂੰ ਜਾ ਕੇ ਦਿੱਲੀ ਦੇ ਵਿੱਚ ਇੱਕ ਐਕਸ਼ਨ ਹੋਇਆ ਸੀ ਉੱਥੇ ਸਿੱਖਾਂ ਤੇ ਤੇ ਪੁਲਿਸ ਨੇ ਕੁੱਟਿਆ ਸੀ ਤੇ ਮੁੜ ਕੇ ਫਿਰ ਜੂਟਰਨ ਮਾਰ ਗਏ ਵੀ ਆਮ ਆਦਮੀ ਪਾਰਟੀ ਨੂੰ केजरीवाल ਨੂੰ ਕਿ ਰੋ ਕੇ केजरीवाल ਨੂੰ ਜਦੋਂ ਪਹੁੰਚੇ ਉੱਥੇ ਉੱਥੇ ਪਤਾ ਲੱਗਾ ਵੀ ਇਹ ਤਾਂ ਆਪਣੇ ਡਿਪਾਰਟਮੈਂਟ ਦੇ ਹੱਥ ਆਉਂਦੀ ਹੈ ਇਹ ਤਾਂ ਸੈਂਟਰ ਦੇ ਹੱਥ ਹੁੰਦਾ ਹੀ ਹੈ ਪੁਲਿਸ ਫਿਰ ਮੁੜ ਕੇ ਚੁੱਪ ਕਰਕੇ ਵਹਿ ਗਏ ਸੋ ਇਸ ਚੱਕਰ ਦੇ ਵਿੱਚ ਸਾਨੂੰ ਸਾਡਾ ਵੀ ਇੱਕ ਮਿਲ ਲੱਦਾ ਫਰਜ਼ ਬਣਦਾ ਹੈ ਕਿਹਦੀ ਤਿਆ ਤੱਕ ਜਾਈਏ ਕਿ ਇਹ ਡਿਪਾਰਟਮੈਂਟ ਕਿਹਦੇ ਹੱਥ ਵਿੱਚ ਹੈ ਇਹ ਐਕਸ਼ਨ ਕਿੰਨੇ ਲਿਆ ਨਹੀਂ ਚਲੋ ਸਭਾ ਸਰ ਡਿਪਾਰਟਮੈਂਟ ਤਾਂ ਹੈਗਾ ਸੈਂਟਰ ਸਰਕਾਰ ਦਾ ਮੇਰੇ ਖਿਆਲ ਚ ਆਪਣੀ ਕੱਲ ਕੀ ਗੱਲ ਹੋਈ ਸੀ ਡਿਪਾਰਟਮੈਂਟ ਦਾ ਇੱਕ ਸੈਂਟਰ ਸਰਕਾਰ ਦੇ ਅਧੀਨ ਆਉਂਦਾ ਇਹ ਤਾਂ ਤੁਸੀਂ ਸਾਰੇ ਤੁਸੀਂ ਜਾਣਦੇ ਹੋਂਦੇ ਹੋ ਜਹਾਜ਼ ਦੇ ਵਿੱਚ ਚੜਦੇ ਹੋ ਨਾ ਤੁਸੀਂ ਤੁਹਾਡਾ ਤਾਂ ਕੰਮ ਹੀ ਆ ਇਹ ਤੁਸੀਂ ਪੰਜਾਬ ਚ ਆਉਨੇ ਹੋ ਤੁਸੀਂ ਇੰਡੀਆ ਕੈਨੇਡਾ ਜਾਂ ਜਾਂਦੇ ਹੋ ਅਸਲ ਵਿੱਚ ਉੱਥੇ ਨਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਹੁੰਦਾ ਨਾ ਜੀ ਉੱਥੇ ਅ ਉੱਥੇ ਕਿਹਾ ਜਾਂਦਾ ਹੈਗਾ ਸਟੇਟ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਕਿਸੇ ਵੀ ਵਿਅਕਤੀ ਦੇ ਪ੍ਰਤੀ ਕਿਹੇ ਤਾਂ ਹੋਵੇਗਾ ਤੇ ਇਹ ਬੇਸ਼ੱਕ ਅਮਰਤਪਾਲ ਦੀ ਧਰਮ ਪਤਨੀ ਬਾਰੇ ਕੋਈ ਲੁਕਆਉਟ ਨੋਟਸ ਨਹੀਂ ਸੀਗਾ ਉਥੇ ਨਹੀਂ ਸੀਗਾ ਉਹਨੂੰ ਜਾਣ ਵਾਸਤੇ ਰੋਕਣ ਦਾ ਕੋਈ ਲੁਕਆਉਟ ਨੋਟਸ ਨੋਟਸ ਨਹੀਂ ਸੀਗਾ ਪਰ ਇਹ ਸੀਗਾ ਕਿ ਧਰਮ ਇਹ ਅਮਰਤਪਾਲ ਦੀ ਪਤਨੀ ਹੈ ਤੇ ਅਮਰਤਪਾਲ ਦੀ ਪਤਨੀ ਦਾ ਹੀ ਉਹਨਾਂ ਨੇ ਸਮਝ ਕੇ ਤੇ ਇਮੀਗ੍ਰੇਸ਼ਨ ਰੋਕਿਆ ਇਮੀਗ੍ਰੇਸ਼ਨ ਨੇ ਫਿਰ ਪੁਲਿਸ ਵੀ ਬੁਲਾਈ ਆ ਪੰਜਾਬ ਪੁਲਿਸ ਵੀ ਬੁਲਾਈ ਆ ਚਲੋ ਪੰਜਾਬ ਪੁਲਿਸ ਨੂੰ ਪਾਲ ਕੀ ਉਥੇ ਜਿਹੜੀ ਜਸਵੰਤ ਕੌਰ ਹੈਗੀ ਐ ਐਸਪੀ ਉਹ ਵੀ ਉਥੇ ਆਈ ਆ ਉਸ ਨੇ ਵੀ ਬਹੁਤ ਲੰਮਾ ਸਮਾਂ ਪੁੱਛ ਕੇ ਕੀਤੀ ਆ ਉਦੋਂ ਜਸਵੰਤ ਕੌਰ ਨੇ ਐਸਪੀ ਨੇ ਵੀ ਸੋ ਇਹ ਇਹ ਪਾ ਨੂੰ ਪੰਜਾਬ ਸਰਕਾਰ ਨੂੰ ਬਰੀ ਨਹੀਂ ਕਰ ਸਕਦੇ ਨਹੀਂ ਬਰੀ ਕਰ ਸਕਦੇ ਪਰ ਬਾਹਰ ਨਹੀਂ ਕਰ ਸਕਦੇ ਪਰ ਪੂਰਾ ਠੀਕ ਕਰ ਪਰੜਾ ਵੀ ਸਹੀ ਨਹੀਂ ਆ ਹੁਣ 50 ਕਿਲੋਮੀਟਰ ਤੁਹਾਡੇ ਸਾਡਾ ਜਿਹੜਾ ਪੰਜਾਬ ਆ ਬਾਰਡਰ ਸਕਿਉਰਿਟੀ ਦੇ ਹੇਠ ਆ ਬੀਐਸਐਫ ਦੇ ਰਾਈਟ ਹੂੰ ਬੀਐਸਐਫ ਨੇ ਕੋਈ ਬੰਦਾ ਫੜਨਾ ਤੇ ਪੰਜਾਬ ਪੁਲਿਸ ਨੂੰ ਹੀ ਦੇਣਾ ਹੂੰ ਬਾਕੀ ਦਾ ਕੰਮ ਪੰਜਾਬ ਪੁਲਿਸ ਨੇ ਹੀ ਕਰਨਾ ਹੂੰ ਹੂੰ ਔਰ ਜੇ ਅਮਰਤਪਾਲ ਦੀ ਧਰਮ ਪਤਨੀ ਨੇ ਦਿੱਲੀ ਤੋਂ 에어ਪੋਰਟ ਤੋਂ ਕੰਮ ਕੀਤਾ ਹੁੰਦਾ ਟਿਕਟ ਲਈ ਹੁੰਦੀ ਦਿੱਲੀ 에어ਪੋਰਟ ਤੋਂ ਫਲਾਈ ਕਰਨਾ ਦਾ ਫਿਰ ਦਿੱਲੀ ਦਿੱਲੀ ਸਰਕਾਰ ਜਿਹੜੀ ਸੀ ਉੱਥੇ ਦਿੱਲੀ ਪੁਲਿਸ ਜਿਹੜੀ ਸੀ ਉਹਨੇ ਉਹ ਉਹਨਾਂ ਕੋਲ ਪੁੱਛਗਿੱਛ ਕਰਨੀ ਸੀ ਹਾਂ ਜੇਕਰ ਜੇਕਰ ਸਿਸਟਮ ਹੈ ਨਾ ਜੇਕਰ ਉਹਨੂੰ ਪਤਾ ਲੱਗ ਜਾਂਦਾ ਤਾਂ ਇਹ ਤਾਂ ਸਿਸਟਮ ਹੈ ਨਾ ਸਿਸਟਮੈਟਿਕਲੀ ਤੇ ਇਦਾਂ ਚੱਲਣਾ ਨਾ ਹੁਣ ਦਿੱਲੀੋਂ ਤੇ ਨਹੀਂ ਪੁਲਿਸ ਆ ਸਕਦੀ ਹਰਿਆਣੇ ਦੀ ਪੁਲਿਸ ਤੇ ਆ ਨਹੀਂ ਸਕਦੀ ਸੂਬੇ ਦੀ ਪੁਲਿਸ ਨਹੀਂ ਲੈਣਾ ਵਾ ਜੇ ਬੰਬੇ ਤੋਂ ਲੈਂਦੇ ਤੇ ਬੰਬੇ ਮਹਾਰਾਸ਼ਟਰ ਦੀ ਪੁਲਿਸ ਨੇ ਇਨਕੁਆਇਰੀ ਕਰਨੀ ਸੀ ਅੱਛਾ ਇੱਕ ਵੱਡੀ ਵੱਡੀ ਖਬਰ ਹੋਰ ਆ ਚਲੋ ਹੁਣ ਆਪ ਐਨਆਰਆਈ ਦੀ ਮਸਲਾ ਐਨਆਰਆਈ ਆ ਨਾ ਨਾਨ ਰੈਜ਼ੀਡੈਂਸ ਇੰਡੀਅਨ ਆਗੇ ਭਗਵੰਤ ਮਾਨ ਹੁਣਾਂ ਨੇ ਐਨਆਰਆਈ ਦੀਆਂ ਸ਼ਿਕਾਇਤਾਂ ਸੰਬੰਧੀ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ ਕਿ 8184900002 ਤੇ ਭਾਈ ਅਮਰਤਪਾਲ ਦੀ ਧਰਮ ਪਤਨੀ ਜੇਕਰ ਆਪਣੀ ਮੈਸੇਜ ਭੇਜਦੀ ਆ ਤੇ ਇਹ ਤੇ ਐਕਸ਼ਨ ਲਵੇਗਾ ਕਿ ਮੈਨੂੰ ਕਿਉਂ ਰੋਕਿਆ ਗਿਆ ਦਾ ਜਵਾਬ ਮਿਲੂਗਾ ਉਹਨੂੰ ਵੀ ਤੇ ਬੜੀ ਵੱਡੀ ਗੱਲ ਆ ਚਾਵਲਾ ਸਾਹਿਬ ਇਹ ਬੜਾ ਵੱਡਾ ਤੁਸੀਂ ਮੁੱਦਾ ਚੱਕਿਆ ਹੈਗਾ ਅੱਜ ਹੀ ਇਹ ਜਾਰੀ ਕੀਤਾ ਦੋ ਨੰਬਰ ਜਾਰੀ ਕਿੰਨੇ ਵਸੇ ਇੱਕ ਨੰਬਰ ਇਹ ਆ ਇੱਕ ਨੰਬਰ ਉਹਨਾਂ ਨੇ ਸਾਹਮਣੇ ਕੋਈ ਮੀਡੀਆ ਵਿੱਚ ਨਜ਼ਰ ਨਹੀਂ ਆਇਆ ਮੈਨੂੰ ਪਹਿਲੇ ਦੋ ਨੰਬਰ ਜਾਰੀ ਕੀਤੇ ਆ ਉਹਨਾਂ ਨੇ ਇੱਕ ਨੰਬਰ ਜਿਹੜਾ ਤੁਸੀਂ ਬੋਲੇ ਦਿੱਤਾ 8184900002 ਇਹ ਨੰਬਰ ਤੇ ਕੋਈ ਵੀ ਐਨ ਆਰ ਆਈ ਜਿਹੜਾ ਹੈਗਾ ਕੋਈ ਉਹਦੀ ਸ਼ਿਕਾਇਤ ਹੈਗੀ ਆ ਪ੍ਰਾਪਰਟੀ ਦੇ ਨਾਲ ਲੈ ਕੇ ਸ਼ਿਕਾਇਤ ਲਾ ਲੋ ਕੋਈ ਹੋਰ ਸ਼ਿਕਾਇਤ ਹੈਗੀ ਆ ਉਹ ਇਸ ਨੰਬਰ ਤੇ ਆਪਣੀ ਸ਼ਿਕਾਇਤ ਭੇਜ ਸਕਦੇ ਆ ਜਿਸ ਕਰਕੇ ਜਿਸ ਤੋਂ ਬਾਅਦ ਉਹ ਸ਼ਿਕਾਇਤ ਤੇ ਕਾਰਵਾਈ ਹੋਵੇਗੀ ਵੈਸੇ ਅਮਰਤਪਾਲ ਦੀ ਧਰਮ ਪਤਨੀ ਕਿਰਨਦੀਪ ਕੌਰ ਨੂੰ ਵੀ ਇਸ ਨੰਬਰ ਤੇ ਸ਼ਿਕਾਇਤ ਭੇਜਣੀ ਚਾਹੀਦੀ ਆ ਤੇ ਇੱਕ ਵਾਰੀ ਤੇ ਭੇਜਣੀ ਚਾਹੀਦੀ ਆ ਵੀ ਦੇਖੋ ਮੇਰੀ ਮੇਰੀ ਕੀ ਪ੍ਰੋਬਲਮ ਹੈਗੀ ਆ ਮੈਨੂੰ ਕੀ ਦਿੱਕਤ ਹੈਗੀ ਆ ਤੁਸੀਂ ਮੈਨੂੰ ਬਿਨਾ ਮਤਲਬ ਰੋਕਿਆ ਉਥੋਂ ਇੱਕ ਮਹੀਨਾ ਰਹਿ ਗਿਆ ਦਾ ਵੀਜੇ ਦਾ ਜਾਵਲਾ ਸਾਹਿਬ ਇੱਕ ਮਹੀਨਾ ਵੀਜੇ ਰਹਿ ਗਿਆ ਜੇ ਇੱਕ ਜੇ ਵੀਜ਼ਾ ਖਤਮ ਹੋ ਗਿਆ ਤਾਂ ਇੱਕ ਨੰਬਰ ਇੱਕ ਹੋਰ ਵੱਜੇਗਾ ਸਰਕਾਰ ਦਾ ਕੇਂਦਰ ਸਰਕਾਰ ਦਾ ਠੀਕ ਹੈ ਨਾ ਜੀ ਤੇ ਇਸ ਕਰਕੇ ਇਸ ਨੰਬਰ ਇਹ ਜੋ ਪਹਿਲਾਂ ਪਹਿਲਾਂ ਸਾਡੇ ਇੱਕ ਹੋਰ ਵੀ ਹੱਕ ਨੇ ਇਹ ਜੋ ਪਹਿਲਾਂ ਪਹਿਲਾਂ ਤਾਂ ਉਹ ਐਨਆਰਆਈ ਜਿਹੜੀ ਇੱਕ ਤਿੱਥੇ ਸ਼ਿਕਾਇਤ ਕਰ ਸਕਦੇ ਜਿਹੜਾ ਨੰਬਰ ਦਿੱਤਾ ਇੱਕ ਸਾਡਾ ਜਿਹੜਾ ਐਨਆਰਆਈ ਵਿੰਗਾ ਉੱਤੇ ਜਾ ਕੇ ਮਿਲ ਸਕਦੇ ਨੇ ਕੋ ਉਹ ਆਪਣੀ ਐਮਬੈਸੀ ਨੂੰ ਚਿੱਠੀ ਲਿਖ ਸਕਦੇ ਨੇ ਰੀਜਨ ਦੱਸ ਸਕਦੇ ਨੇ 160 ਦਿਨੇ ਸੀ ਰਹਿਣਾ ਹੁੰਦਾ ਤੇ ਐਸਐਸਪੀ ਦੇ ਆਫਿਸ ਤੇ ਚੱਕਰ ਸੀ ਰੀਜਨ ਦੱਸਣਾ ਹੁੰਦਾ ਕਿ ਮੋਰ ਦਨ 160 ਦੇ ਅਸੀਂ ਕਿਉਂ ਰਹਿ ਰਹੇ ਹਾਂ ਉਹ ਪੇਸ਼ ਹੋ ਸਕਦੇ ਨੇ ਕੰਮ ਤਾਂ ਉਹਨਾਂ ਦਾ ਵਧੇਗਾ ਪਰ ਇਹ ਨਹੀਂ ਕਿ ਉਹਨਾਂ ਨੂੰ ਉੱਥੇ ਜੇਕਰ ਇਹ 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 ਰਹਿਣਾ ਇਲੀਗਲ ਕਰਾਰ ਦਿੱਤਾ ਜਾਵੇਗਾ ਨਹੀਂ ਜੋ ਐਕਸ਼ਨ ਹੋ ਗਿਆ ਇਹਦੀ ਡਾਕੂਮੈਂਟਸ ਤਿਆਰ ਹੋ ਚੁੱਕੇ ਨੇ ਉਹ ਆਪਣੀ ਐਕਸ਼ਨ ਜ਼ਰੂਰ ਲੈਣਗੇ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਵਕੀਲ ਉਹਨਾਂ ਦੇ ਕੋਲ ਨੇ ਕਾਨੂੰਨ ਨੂੰ ਜਾਣਨ ਵਾਲੇ ਨੇ ਇਹ ਇਹ ਨਹੀਂਗਾ ਕਿ 160 ਦੇ ਬੰਦਾ ਜੇਕਰ ਚੁਬੀ ਮਾਰ ਜਾਂਦਾ ਦੱਸਦਾ ਨਹੀਂ ਐਕਸ਼ਨ ਨਹੀਂ ਲੈਂਦਾ ਐਸਐਸਪੀ ਦੇ ਆਫਿਸ ਦੇ ਵਿੱਚ ਇਨਫੋਰਮੇਸ਼ਨ ਨਹੀਂ ਦਿੰਦਾ ਫਿਰ ਤਾਂ ਉੱਤੇ ਕੋਈ ਹੋਰ ਐਕਸ਼ਨ ਹੋਊਗਾ ਪਰ ਇਹ ਕੇਸ ਇਸ ਸਿਨੈਰੀਓ ਜਿਹੜਾ ਹੈ ਟੋਟਲੀ ਡਿਫਰੈਂਟ ਹੈ ਦਾ ਸੀਨ ਹੀ ਟੋਟਲੀ ਡਿਫਰੈਂਟ ਹੈ ਮੇਰੇ ਨਾਲ ਕਾਲਰ ਨੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਤਬੀਅਤ ਠੀਕ ਨਹੀਂ ਹੈ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਆਪਣੇ ਸਾਰੇ ਰੁਝੇਵੇਂ ਜਿਹੜੇ ਨਹੀਂ ਉਹ ਕੈਂਸਲ ਕਰਕੇ ਫੁਟੇਜ ਦੇ ਵਿੱਚ ਆਪਣੇ ਸਤਕਾਰਯੋਗ ਪਿਤਾ ਜੀ ਦੇ ਹਾਲਚਲ ਬਾਰੇ ਪਹੁੰਚੇ ਸਨ ਅਮਿਤ ਸ਼ਾਹ ਹੁਣਾਂ ਨੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਹਾਲਚਲ ਪੁੱਛਿਆ ਉਹ ਤੰਦਰੁਸਤ ਹੋਣ ਆਪਣੇ ਪਰਿਵਾਰ ਦੇ ਵਿੱਚ ਜਾਣ ਸਾਡੀਆਂ ਇਹੀ ਦੁਆਵਾਂ ਨੇ ਤੇ ਮੇਰੇ ਨਾਲ ਕਾਲਰ ਨੇ ਲਾਸਟ ਕਾਲ ਸਮਾਂ ਵੀ ਸਾਡੇ ਕੋਲ ਇੱਕ ਅੱਧਾ ਮਿੰਟ ਹੈ ਵੈਲਕਮ ਜੀ ਹਲੋ ਇਹ ਜੀ ਪੌਲਸਰ ਉਹ ਸਾਡੇ ਬੀਜੇਪ ਦਾ ਆਵਾਰੀ 에어ਪੋਰਟ ਤੋਂ ਹਾਂਜੀ ਰੋਕ ਸਕਦੇ ਕਿਸੇ ਮੰਦ ਨੂੰ ਵੀ ਅੱਜ ਰੋਕ ਸਕਦੀ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਬਹੁਤ ਮਿਹਰਬਾਨੀ ਸੋ ਨਾਈਸ थैंक यू ਜੀ ਪਰ ਪੁਲਿਸ ਨੇ ਰੋਕਿਆ ਉਹਦੋਂ ਜਦੋਂ ਐਨ ਜਾ ਕੇ ਇਮੀਗ੍ਰੇਸ਼ਨ ਚੈੱਕ ਹੋਣੀ ਪੁਲਿਸ ਨੂੰ ਐਂਟਰ ਹੋਣ ਤੋਂ ਉਦੋਂ ਹੀ ਰੋਕ ਸਕਦੀ ਹੈ ਇਮੀਗ੍ਰੇਸ਼ਨ ਵਾਲਿਆਂ ਨੇ ਰੋਕਿਆ ਉਹਨੂੰ ਕਿਉਂ ਜੀ ਹਾਂ ਇਹ ਪਹਿਲਾਂ ਰੋਕਣਾ ਮੰਨਦਾ ਸੀਗਾ ਪਹਿਲਾਂ ਰੋਕਣਾ ਪੁਆਇੰਟ ਬੜੇ ਨੇ ਐਵੇਂ ਹੁਣ ਹਰ ਕਿਸੇ ਨਾਲ ਸਿੰਘ ਫਸਾਈ ਚਲੀ ਹੈ ਗੱਲ ਵੱਖਰੀ ਹੈ ਕੋਈ ਅਮਰਤਪਾਲ ਨੂੰ ਲਾਈਕ ਕਰਨ ਵਾਲਾ ਕੋਈ ਨਹੀਂ ਲਾਈਕ ਕਰਨ ਵਾਲਾ ਹਾਂਜੀ ਅਸੀਂ ਬਾਬੇ ਨਾਨਕ ਦੇ ਸੋ ਕੋ ਮੰਦਾ ਆਖੀਏ ਜਿੱਤ ਜ ਮੇਰਾ ਜਾਣ ਕਹਿਨ ਨੂੰ ਹੀ ਆ ਸਾਡਾ ਹੱਕਾ ਦੀ ਰਖਾਲੀ ਵਾਲੇ ਅਸੀਂ ਕਹਿਨ ਨੂੰ ਹੀ ਆ ਫੁਕਰਾ ਪੰਥੀ ਸਾਡੇ ਚ ਬੜੀ ਐ ਹਾਂਜੀ ਹੂੰ ਹੂੰ ਬਹੁਤ ਜਿਆਦੀ ਫੁਕਰਾ ਪੰਥੀ ਐ ਚਲੋ ਵਾਈਂਡ ਅਪ ਕਰਾਂਗੇ ਅੱਧਾ ਮਿੰਟਾ ਮੇਰੇ ਕੋਲ ਕੀ ਕਹਿਣਾ ਚਾਹੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਰ ਹੁਣਾਂ ਦਾ ਕੀ ਹਾਲ ਆ ਚਲੋ ਸਭ ਐਦਾ ਹੈ ਤਾਂ ਆਈ ਸੀ ਯੂ ਵਿੱਚ ਨੇ ਇਸ ਟਾਈਮ ਪਰ ਉਹਨਾਂ ਦੀ ਹਾਲਤ ਸਥਿਰ ਹੈਗੀ ਐ ਜਿਹੜੀ ਕਿ ਹੁਣ ਤੱਕ ਰਿਪੋਰਟ ਮਿਲੀ ਐ ਹਾਲਤ ਸਥਿਰ ਹੈਗੀ ਆ ਵੈਸੇ ਆਈ ਸੀ ਯੂ ਵਿੱਚ ਉਹਨਾਂ ਨੂੰ ਰੱਖਣਾ ਪੈ ਰਿਹਾ ਕੋਈ ਆਕਸੀਜਨ ਦੀ ਪ੍ਰੋਬਲਮ ਆਈ ਐ ਤੇ ਤੇ ਚਲੋ ਕਿ ਉਮਰ ਵੀ ਕਾਫੀ ਉਹਨਾਂ ਦੀ ਹੈਗੀ ਆ ਪੰਜ ਵਾਰ ਦੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਹੋ ਰਹੇ ਬੜਾ ਵੱਡਾ ਸਮਾਂ ਹੈਗਾ ਪੰਜ ਵਾਰੀ ਮੁੱਖ ਮੰਤਰੀ ਰਹਿਣਾ ਇੱਕ ਵਿਅਕਤੀ ਵਨੋਂ ਤੇ ਖਾਸ ਇੱਕ ਵਿਸ਼ੇਸ਼ ਪਾਰਟੀ ਦਾ ਮੁੱਖ ਮੰਤਰੀ ਰਹਿਣਾ ਅਮਿਤ ਸ਼ਾਹ ਨੇ ਵੀ ਉਹਨੂੰ ਤੇ ਪੁੱਛ ਕੇ ਚ ਕੀਤੀ ਹੈਗੀ ਆ ਸੁਖਬੀਰ ਬਾਦਲ ਨੂੰ ਫੋਨ ਕੀਤਾ ਉਹਨਾਂ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਹਾਲਚਾਲ ਜਾਣਿਆ ਅਮਿਤ ਸ਼ਾਹ ਨੇ ਖੈਰ ਇਹ ਸੈਂਟਰ ਸਰਕਾਰ ਦਾ ਹੁੰਦਾ ਵੀ ਜਿਹੜੇ ਬੰਦੇ ਆਪਣਾ ਬਜ਼ੁਰਗ ਹੋਣ ਸਿਆਣੇ ਸਿਆਸਦਾਨ ਹੋਣ ਮੁੱਖ ਮੰਤਰੀ ਰਹੇ ਉਹਨੂੰ ਤੇ ਸੈਂਟਰ ਸਰਕਾਰ ਪੁੱਛਾ ਹੀ ਕਰਦੀ ਆ ਰਬੇਤੀ ਤੌਰ ਤੇ ਪੁੱਛਿਆ ਕਰਦੀ ਐ ਨਾਂ ਵੀ ਪੁੱਛੇ ਤਾਂ ਵੀ ਕਿਦਾ ਕਿਸ ਨੇ ਕਹਿਣਾ ਹੁੰਦਾ ਕਿ ਕਿਉਂ ਨਹੀਂ ਪੁੱਛਿਆ ਕਿਉਂ ਨਹੀਂ ਪੁੱਛਿਆ ਰਮਨ ਚਾਵਲਾ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਧੰਨਵਾਦ ਚਾਵਲਾ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ